ਅਮਨ ਅਰੋੜਾ ਐਮ ਐਲ اے ਸਨਾਮ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਅਮਨ ਜੀ ਵੋਟ ਕਾਸਟ ਕਰਨ ਦੇ ਲਈ ਪਹੁੰਚੇ ਹੋਗੇ ਹਾਲਾਂਕਿ ਲੋਕਾਂ ਦਾ ਰੁਝਾਨ ਜਿਹੜਾ ਕਾਫੀ ਜ਼ਿਆਦਾ ਘਟਾਗਾ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਮੈਂ ਇਹੀ ਬੇਨਤੀ ਕਰਨੀ ਚਾਹੂਗਾ ਕਿ ਜੀ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਲੋਕਤੰਤਰ ਦੇ ਇਸ ਡਿਊਟੀ ਦੇ ਵਿੱਚ ਆਪਾਂ ਸਾਰੇ ਪਾਰਟਿਸਿਪੇਟ ਕਰੀਏ ਔਰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਨਿਕਲੋ ਆਪਦਾ ਮਤਦਾਨ ਕਰੋ ਤਾਂ ਕਿ ਆਪਾਂ ਨੁਮਾਇੰਦਾ ਆਪਣਾ ਲੋਕ ਸਭਾ ਦੇ ਵਿੱਚ ਭੇਜ ਸਕੀਏ ਅਮਨ ਜੀ ਲੋਕਾਂ ਦਾ ਕਿੰਮੇ ਦਾ ਰੁਝਾਨ ਲੱਗ ਰਿਹਾਗਾ ਕਿਸ ਤਰ੍ਹਾਂ ਦਾ ਪਿਛਲੀ ਹੋਇਆ ਸਾਰੇ ਸ਼ਹਿਰ ਦੇ ਬੂਥ ਨੇ ਜਿਹੜੇ ਉਹ ਮੈਂ ਕਵਰ ਕਰਿਆ ਆ ਮੈਨੂੰ ਜੋ 3 ਮਹੀਨੇ ਪਹਿਲਾਂ ਮੇਰੀ ਇਲੈਕਸ਼ਨ ਵੇਲੇ ਰੁਝਾਨ ਲੱਗ ਰਿਹਾ ਸੀਗਾ ਉਹੀ ਰੁਝਾਨ ਹੈ ਜਿਹੜੇ ਦੇਖਣ ਨੂੰ ਮਿਲ ਰਿਹਾ ਹੈ ਹਾਂ ਇਹ ਠੀਕ ਹੈ ਕਿ ਕਿਉਂਕਿ ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ ਇਹਦੇ ਨਾਲ ਨਾ ਤਾਂ ਕੋਈ ਪੰਜਾਬ ਦੀ ਸਰਕਾਰ ਬਦਲਣੀ ਹੈ ਨਾ ਕੋਈ ਕੇਂਦਰ ਦੀ ਸਰਕਾਰ ਬਦਲਣੀ ਹੈ ਲੋਕ ਸਭਾ ਦੇ ਵਿੱਚ ਵੈਸੇ ਵੀ ਰੁਝਾਨ ਥੋੜਾ ਜਿਹਾ ਘੱਟ ਹੁੰਦਾ ਇਸ ਕਰਕੇ VOTING ਪਰਸੈਂਟੇਜ ਲੱਗਦਾ ਹੈ ਕਿ ਸ਼ਾਇਦ ਥੋੜੀ ਬਹੁਤ ਘਟੂਗੀ ਪਰ ਰੇਸ਼ੋ ਹੈ ਜਿਹੜੀ ਉਹ 2000 ਜਿਹੜੀ ਫ फेब्रुवारी 2000 ਚ ਇਲੈਕਸ਼ਨ ਹੋਈਆਂ ਨੇ ਉਹ ਤੋਂ ਵੀ ਵਧੀਗੀ ਵਿਰੋਧੀਆਂ ਦੇ ਵੱਲੋਂ ਲਗਾਤਾਰ ਤਿੱਖੇ ਨਿਸ਼ਾਨੇ ਤੇ ਲੈ ਕੇ ਆਉਗੇ ਕਿ ਲਾ ਐਂਡ ਆਰਡਰ ਨੂੰ ਲੈ ਕੇ ਕੀ ਲੱਗਦਾ ਕਿ ਇਹ ਮੁੱਦਿਆਂ ਦੇ ਨਾਲ ਜਿਹੜਾ ਹੈਗਾ ਕਿ ਤਨਾ ਕਿਤੇ VOTING ਦੇ ਉੱਪਰ ਜਿਹੜਾ ਆਮ ਆਦਮੀ ਪਾਰਟੀ ਦੇ ਵੋਟਰਾਂ ਦੇ ਉੱਪਰ ਕੋਈ ਫਰਕ ਲੱਗਦਾ ਹੈਗਾ ਤੁਹਾਨੂੰ ਭਾਈ ਸਾਹਿਬ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਕਿ ਜਿਹੜੀ ਲਾ ਐਂਡ ਆਰਡਰ ਦੀ ਪੋਜੀਸ਼ਨ ਦੀ ਉਹ ਗੱਲ ਕਰਦੇ ਨੇ ਸਵਾਲ ਕਰਦੇ ਨੇ ਮੈਂ ਇਹ ਗੈਂਗਸਟਰ ਗੈਂਗ ਕਲਚਰ ਗੈਂਗਵਾਜ਼ ਨੇ ਜਿਹੜੀਆਂ ਕਿ ਇਹ ਹੁਣ 3 ਮਹੀਨੇ ਦੇ ਵਿੱਚ ਹੀ ਪੈਦਾ ਹੋਗੇ ਇਹ ਪਦਾਇਸ਼ ਹੈ ਜਿਹੜੀ ਇਹ ਜਿਹੜੇ ਕੰਡੇ ਬੀਜੇ ਹੋਏ ਨੇ ਨਾ ਇਹ ਪਿਛਲੀਆਂ ਸਰਕਾਰਾਂ ਕਾਂਗਰਸੀਆਂ ਅਕਾਲੀਆਂ ਦੀ ਬੀਜੇ ਨੇ ਅਸੀਂ ਤਾਂ ਸਿਰਫ ਚੁਗਣ ਲੱਗੇ ਹੋયા ਹਾਂ ਅਸੀਂ ਤਾਂ ਉਹਨਾਂ ਨੇ ਜਿਹੜੇ ਇਹ ਕਲਚਰ ਪੈਦਾ ਕੀਤਾ ਉਸ ਤੋਂ ਖਤਮ ਕਰਨ ਲੱਗੇ ਹੋયા ਸੋ ਇਹਨਾਂ ਚੀਜ਼ਾਂ ਨਾਲ ਲੋਕ ਸਮਝਦੇ ਨੇ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਚਾਹਨਾ ਆ ਹੁਣ 3 ਮਹੀਨੇ ਦੇ ਵਿੱਚ ਡੇਢ ਕੁ ਮਹੀਨਾ ਪਹਿਲਾਂ 2 ਮਹੀਨੇ ਪਹਿਲਾਂ ਇੰਟੈਲੀਜੈਂਸ ਹੋਸਟ ਦੇ ਵਿੰਗ ਦੇ ਉੱਪਰ ਆਰਪੀਜੀ ਰਾਕਟ ਲਾਂਚਰ ਨਾਲ ਅਟੈਚ ਹੋਇਆ ਅਟੈਕ ਹੋਇਆ ਭਾਈ ਸਾਹਿਬ ਅੱਤਵਾਦੀ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਅੱਤਵਾਦੀਆਂ ਕੋਲ ਰਾਕਟ ਲਾਂਚਰ ਨਹੀਂ ਸੀਗਾ ਸਿੱਧੂ ਮੂਸੇਵਾਲੇ ਦਾ ਕਤਲ ਕਹਿੰਦੇ ਨੇ ਏਐਨ 94 ਰਾਈਫਲ ਨਾਲ ਹੋਇਆ ਜਿਹੜਾ ਕਿ ਸਿਰਫ ਰਸ਼ੀਅਨ ਆਰਮੀ ਕੋਲੇ ਹੈ ਅੱਤ ਸੁਣੋ ਸੁਣੋ ਅੱਤਵਾਦੀ ਦਿਨਾਂ ਦੇ ਵਿੱਚ ਵੀ ਅੱਤਵਾਦੀਆਂ ਕੋਲ ਏਐਨ 94 ਰਾਈਫਲ ਨਹੀਂ ਸੀਗੀ ਇਹ ਕੀ ਪੰਜਾਬ ਚ ਮੈਨੂਫੈਕਚਰ ਹੋਈਆਂ ਚੀਜ਼ ਆ ਆਈਆਂ ਕਿੱਥੋਂ ਨੇ ਬਾਹਰੋਂ ਆਈਆਂ ਨੇ ਇੰਟਰਨੈਸ਼ਨਲ ਸੁਣੋ ਮੇਰੀ ਗੱਲ ਆ ਇੰਟਰਨੈਸ਼ਨਲ ਬਾਰਡਰ ਤੋਂ ਆਈਆਂ ਨੇ ਇੰਟਰਨੈਸ਼ਨਲ ਬਾਰਡਰ ਦੇ ਉੱਪਰ ਜ਼ਿੰਮੇਵਾਰੀ ਕਿਹਦੀ ਹੈ ਕੇਂਦਰ ਸਰਕਾਰ ਦੀ ਆਪ ਦੀ ਜ਼ਿੰਮੇਵਾਰੀ ਤੋਂ ਭੱਜਦੇ ਨੇ ਉਹ ਤੇ ਸਾਡੇ ਗਾਲ ਪਾਈ ਜਾਂਦੇ ਨੇ ਪੰਜਾਬ ਦੀ ਸਰਕਾਰ ਕਮਿਟਿਡ ਹੈ ਕਿ ਪੰਜਾਬ ਦੇ ਵਿੱਚ ਕਿਸੇ ਮਾੜੇ ਗਲਤ ਅੰਸਰ ਨੂੰ ਅਸੀਂ ਨਹੀਂ ਬਖਸ਼ਾਂਗੇ ਸੋ ਕਿਤੇ ਨਾ ਕਿਤੇ ਜਿਹੜਾ ਹੈਗਾ ਤੁਸੀਂ ਕੇਂਦਰ ਸਰਕਾਰ ਨੂੰ ਮੰਨਦੇ ਹੋਗੇ ਡੈਫੀਨਟਲੀ ਜਿਹੜੇ ਤੁਹਾਨੂੰ ਮੈਂ ਇਹ ਹਥਿਆਰ ਦੱਸੇ ਨੇ ਇਹ ਪੰਜਾਬ ਦੇ ਵਿੱਚ ਤਾਂ ਮੈਨੂਫੈਕਚਰ ਹੋਣੀ ਨਾ ਰਹੀ ਜੀ ਇਹ ਬਾਹਰੋਂ ਜੇ ਆਏ ਨੇ ਤੇ ਉਹਦੀ ਜ਼ਿੰਮੇਵਾਰੀ ਸੈਂਟਰ ਸਰਕਾਰ ਦੀ ਬਣਦੀ ਹੈ ਨਾ ਸੋ ਇਸ ਕਰਕੇ ਉਹਨਾਂ ਨੂੰ ਕਹੋ ਆਪਦੀਆਂ ਪੀੜ੍ਹੀਆਂ ਥੱਲੇ ਸੋਟੇ ਫੇਰ ਕੱਲੇ ਸਾਡੇ ਸਾਨੂੰ ਬਦਨਾਮ ਕਰਕੇ ਖੁਸ਼ੀ ਹੋਣਾ ਹੈਗਾ ਸੋ ਕਿਤੇ ਨਾ ਕਿਤੇ ਜਿਹੜਾ ਹੈਗਾ ਅਮਨ अरोड़ा ਦੇ ਵੱਲੋਂ ਜਿਹੜਾ ਕਿਤੇ ਨਾ ਕਿਤੇ ਬੀਜੇਪੀ ਸਰਕਾਰ ਦੇ ਉੱਪਰ ਨਿਸ਼ਾਨੇ ਸਾਧੇ ਗਏ ਨੇ ਇਹ ਜਿਹੜੇ ਮੁੱਦੇ ਜਿਹੜੇ ਹੈਗੇ ਆ ਵੱਖ-ਵੱਖ ਸਰਕਾਰਾਂ ਪਾਰਟੀਆਂ ਦੇ ਵੱਲੋਂ ਜਿਹੜੇ ਹੈਗੇ ਆ ਆਮ ਆਦਮੀ ਪਾਰਟੀ ਦੇ ਉੱਪਰ ਨਿਸ਼ਾਨੇ ਸਾਧੇ ਗਏ ਸੀ ਕਿ ਜਿਹੜਾ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਉਹ ਪੰਜਾਬ ਦੇ ਵਿੱਚ ਬੇਕਾਬੂ ਹੈਗੀ ਤਾਂ ਉਹਨਾਂ ਦਾ ਜਵਾਬ ਦਿੰਦੇ ਹੋਏ ਉਹ ਸੂਬਾ ਸਰਕਾਰ ਦੇ ਉੱਪਰ ਜਿਹੜੀਆਂ ਹੈ ਥੋਪੀਆਂ ਜਾ ਰਹੀਆਂ ਨੇ ਤਾਂ ਕਿਤੇ ਨਾ ਕਿਤੇ ਜਿਹੜਾ ਹੈਗਾ ਲੋਕਾਂ ਦੇ ਨੂੰ ਵੀ ਉਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਘਰਾਂ ਦੇ ਵਿੱਚੋਂ ਆਉਣ ਤੇ ਵੱਤ ਤੋਂ ਵੱਤ ਜਿਹੜੀ ਹੈਗੀ ਆ VOTING ਉਹ ਕਰਨ ਤਾਂ ਜੋ ਜਿਹੜਾ ਹੈਗਾ ਇੱਕ ਵਧੀਆ ਜਿਹੜਾ ਹੈਗਾ ਉਹਨਾਂ ਨੂੰ ਇੱਕ MP ਮਿਲ ਸਕੇ ਜੀ ਅਮਨ अरोड़ा MLA ਸਨਾਮ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਅਮਨ ਜੀ ਵੋਟ ਕਾਸਟ ਕਰਨ ਦੇ ਲਈ ਪਹੁੰਚੇ ਹੋਗੇ ਹਾਲਾਂਕਿ ਲੋਕਾਂ ਦਾ ਰੁਝਾਨ ਜਿਹੜਾ ਕਾਫੀ ਜ਼ਿਆਦਾ ਘਟਾਗਾ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਮੈਂ ਇਹੀ ਬੇਨਤੀ ਕਰਨੀ ਚਾਹੂਗਾ ਕਿ ਜੀ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਲੋਕਤੰਤਰ ਦੇ ਇਸ ਡਿਊਟੀ ਦੇ ਵਿੱਚ ਆਪਾਂ ਸਾਰੇ ਪਾਰਟਿਸਿਪੇਟ ਕਰੀਏ ਔਰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਨਿਕਲੋ ਆਪਦਾ ਮਤਦਾਨ ਕਰੋ ਤਾਂ ਕਿ ਆਪਾਂ ਨੁਮਾਇੰਦਾ ਆਪਣਾ ਲੋਕ ਸਭਾ ਦੇ ਵਿੱਚ ਭੇਜ ਸਕੀਏ ਅਮਨ ਜੀ ਲੋਕਾਂ ਦਾ ਕਿੰਮੇ ਦਾ ਰੁਝਾਨ ਲੱਗ ਰਿਹਾ ਹੈਗਾ ਕਿਸ ਤਰ੍ਹਾਂ ਦਾ ਪਿਛਲੀ ਵਾਰ ਮੈਂ ਸਵੇਰੇ 8 ਵਜੇ ਦਾ ਨਿਕਲਿਆ ਹੋਇਆ ਸਾਰੇ ਸ਼ਹਿਰ ਦੇ ਬੂਥ ਨੇ ਜਿਹੜੇ ਮੇਰੀ ਇਲੈਕਸ਼ਨ ਵੇਲੇ ਰੁਝਾਨ ਲੱਗ ਰਿਹਾ ਸੀਗਾ ਉਹੀ ਰੁਝਾਨ ਹੈ ਜਿਹੜੇ ਦੇਖਣ ਨੂੰ ਮਿਲ ਰਿਹਾ ਹੈ ਹਾਂ ਇਹ ਠੀਕ ਹੈ ਕਿ ਕਿਉਂਕਿ ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ ਇਹਦੇ ਨਾਲ ਨਾ ਤਾਂ ਕੋਈ ਪੰਜਾਬ ਦੀ ਸਰਕਾਰ ਬਦਲਣੀ ਹੈ ਨਾ ਕੋਈ ਕੇਂਦਰ ਦੀ ਸਰਕਾਰ ਬਦਲਣੀ ਹੈ ਲੋਕ ਸਭਾ ਦੇ ਵਿੱਚ ਵੈਸੇ ਵੀ ਰੁਝਾਨ ਥੋੜਾ ਜਿਹਾ ਘੱਟ ਹੁੰਦਾ ਹੈ ਇਸ ਕਰਕੇ VOTING ਪਰਸੈਂਟੇਜ ਲੱਗਦਾ ਹੈ ਕਿ ਸ਼ਾਇਦ ਥੋੜੀ ਬਹੁਤ ਘਟੂਗੀ ਪਰ ਰੇਸ਼ੋ ਹੈ ਜਿਹੜੀ ਉਹ 2000 ਜਿਹੜੀ ਫ फेब्रुवारी 2000 ਚ ਇਲੈਕਸ਼ਨ ਹੋਈਆਂ ਨੇ ਉਹ ਤੋਂ ਵੀ ਵਧੇਗੀ ਵਿਰੋਧੀਆਂ ਦੇ ਵੱਲੋਂ ਲਗਾਤਾਰ ਤਿੱਖੇ ਨਿਸ਼ਾਨੇ ਤੇ ਲੈ ਕੇ ਆਉਂਗੇ ਕਿ ਲਾ ਐਂਡ ਆਰਡਰ ਨੂੰ ਲੈ ਕੇ ਕੀ ਲੱਗਦਾ ਕਿ ਇਹ ਮੁੱਦਿਆਂ ਦੇ ਨਾਲ ਜਿਹੜਾ ਹੈਗਾ ਕਿਤਨਾ ਕਿਤੇ VOTING ਦੇ ਉੱਪਰ ਜਿਹੜਾ ਆਮ ਆਦਮੀ ਪਾਰਟੀ ਦੇ ਵੋਟਰਾਂ ਦੇ ਉੱਪਰ ਕੋਈ ਫਰਕ ਲੱਗਦਾ ਹੈਗਾ ਤੁਹਾਨੂੰ ਭਾਈ ਸਾਹਿਬ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਕਿ ਜਿਹੜੀ ਲਾ ਐਂਡ ਆਰਡਰ ਦੀ ਪੋਜੀਸ਼ਨ ਦੀ ਉਹ ਗੱਲ ਕਰਦੇ ਨੇ ਸਵਾਲ ਕਰਦੇ ਨੇ ਮੈਂ ਇਹ ਗੈਂਗਸਟਰ ਗੈਂਗ ਕਲਚਰ ਗੈਂਗਵਾਜ਼ ਨੇ ਜਿਹੜੀਆਂ ਕਿ ਇਹ ਹੁਣ 3 ਮਹੀਨੇ ਦੇ ਵਿੱਚ ਹੀ ਪੈਦਾ ਹੋਗੇ ਇਹ ਪਦਾਇਸ਼ ਹੈ ਜਿਹੜੀ ਇਹ ਜਿਹੜੇ ਕੰਡੇ ਬੀਜੇ ਹੋਏ ਨੇ ਨਾ ਇਹ ਪਿਛਲੀਆਂ ਸਰਕਾਰਾਂ ਕਾਂਗਰਸੀਆਂ ਅਕਾਲੀਆਂ ਦੀ ਬੀਜੇ ਨੇ ਅਸੀਂ ਤਾਂ ਸਿਰਫ ਚੁਗਣ ਲੱਗੇ ਹੋયા ਅਸੀਂ ਤਾਂ ਉਹਨਾਂ ਨੇ ਜਿਹੜੇ ਇਹ ਕਲਚਰ ਪੈਦਾ ਕੀਤਾ ਉਸ ਤੋਂ ਖਤਮ ਕਰਨ ਲੱਗੇ ਹੋયા ਸੋ ਇਹਨਾਂ ਚੀਜ਼ਾਂ ਨਾਲ ਲੋਕ ਸਮਝਦੇ ਨੇ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਚਾਹਣਾ ਆ ਹੁਣ 3 ਮਹੀਨੇ ਦੇ ਵਿੱਚ ਡੇਢ ਕੁ ਮਹੀਨਾ ਪਹਿਲਾਂ 2 ਮਹੀਨੇ ਪਹਿਲਾਂ ਇੰਟੈਲੀਜੈਂਸ ਸੋਰਸ ਦੇ ਵਿੰਗ ਦੇ ਉੱਪਰ ਆਰਪੀਜੀ ਰਾਕਟ ਲਾਂਚਰ ਨਾਲ ਅਟੈਚ ਹੋਇਆ ਅਟੈਕ ਹੋਇਆ ਭਾਈ ਸਾਹਿਬ ਅੱਤਵਾਦੀ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਅੱਤਵਾਦੀਆਂ ਕੋਲ ਰਾਕਟ ਲਾਂਚਰ ਨਹੀਂ ਸੀਗਾ ਸਿੱਧੂ ਮੂਸੇਵਾਲੇ ਦਾ ਕਤਲ ਕਹਿੰਦੇ ਨੇ ਏਐਨ 94 ਰਾਈਫਲ ਨਾਲ ਹੋਇਆ ਜਿਹੜਾ ਕਿ ਸਿਰਫ ਰਸ਼ੀਅਨ ਆਰਮੀ ਕੋਲੇ ਹੈ ਅੱਤ ਸੁਣੋ ਸੁਣੋ ਅੱਤਵਾਦੀ ਦਿਨਾਂ ਦੇ ਵਿੱਚ ਵੀ ਅੱਤਵਾਦੀਆਂ ਕੋਲ ਏਐਨ 94 ਰਾਈਫਲ ਨਹੀਂ ਸੀਗੀ ਇਹ ਕੀ ਪੰਜਾਬ ਚ ਮੈਨੂਫੈਕਚਰ ਹੋਈਆਂ ਚੀਜ਼ ਆ ਆਈਆਂ ਕਿੱਥੋਂ ਨੇ ਬਾਹਰੋਂ ਆਈਆਂ ਨੇ ਇੰਟਰਨੈਸ਼ਨਲ ਸੁਣੋ ਮੇਰੀ ਗੱਲ ਆ ਇੰਟਰਨੈਸ਼ਨਲ ਬਾਰਡਰ ਤੋਂ ਆਈਆਂ ਨੇ ਇੰਟਰਨੈਸ਼ਨਲ ਬਾਰਡਰ ਦੇ ਉੱਪਰ ਜ਼ਿੰਮੇਵਾਰੀ ਕਿਹਦੀ ਹੈ ਕੇਂਦਰ ਸਰਕਾਰ ਦੀ ਆਪ ਦੀ ਜ਼ਿੰਮੇਵਾਰੀ ਤੋਂ ਭੱਜਦੇ ਨੇ ਉਹ ਤੇ ਸਾਡੇ ਗਾਲ ਪਾਈ ਜਾਂਦੇ ਨੇ ਪੰਜਾਬ ਦੀ ਸਰਕਾਰ ਕਮਿਟਿਡ ਹੈ ਕਿ ਪੰਜਾਬ ਦੇ ਵਿੱਚ ਕਿਸੇ ਮਾੜੇ ਗਲਤ ਅੰਸਰ ਨੂੰ ਅਸੀਂ ਨਹੀਂ ਬਖਸ਼ਾਂਗੇ ਸੋ ਕਿਤੇ ਨਾ ਕਿਤੇ ਜਿਹੜਾ ਹੈਗਾ ਤੁਸੀਂ ਕੇਂਦਰ ਸਰਕਾਰ ਨੂੰ ਮੰਨਦੇ ਹੋਗੇ ਡੈਫੀਨੇਟਲੀ ਜਿਹੜੇ ਤੁਹਾਨੂੰ ਮੈਂ ਇਹ ਹਥਿਆਰ ਦੱਸੇ ਨੇ ਇਹ ਪੰਜਾਬ ਦੇ ਵਿੱਚ ਤਾਂ ਮੈਨੂਫੈਕਚਰ ਹੋਣੀ ਨਾ ਰਹੀ ਜੀ ਇਹ ਬਾਹਰੋਂ ਜੇ ਆਏ ਨੇ ਤੇ ਉਹਦੀ ਜ਼ਿੰਮੇਵਾਰੀ ਸੈਂਟਰ ਸਰਕਾਰ ਦੀ ਬਣਦੀ ਹੈ ਨਾ ਸੋ ਇਸ ਕਰਕੇ ਉਹਨਾਂ ਨੂੰ ਕਹੋ ਆਪਦੀਆਂ ਪੀੜ੍ਹੀਆਂ ਥੱਲੇ ਸੋਟੇ ਫੇਰ ਕੱਲੇ ਸਾਡੇ ਸਾਨੂੰ ਬਦਨਾਮ ਕਰਕੇ ਖੁਸ਼ੀ ਹੋਣਾ ਹੈਗਾ ਸੋ ਕਿਤੇ ਨਾ ਕਿਤੇ ਜਿਹੜਾ ਹੈਗਾ ਅਮਨ अरोड़ा ਦੇ ਵੱਲੋਂ ਜਿਹੜਾ ਕਿਤੇ ਨਾ ਕਿਤੇ ਭਾਜਪੀ ਸਰਕਾਰ ਦੇ ਉੱਪਰ ਨਿਸ਼ਾਨੇ ਸਾਧੇ ਗਏ ਨੇ ਇਹ ਜਿਹੜੇ ਮੁੱਦੇ ਜਿਹੜੇ ਹੈਗੇ ਆ ਵੱਖ-ਵੱਖ ਸਰਕਾਰਾਂ ਪਾਰਟੀਆਂ ਦੇ ਵੱਲੋਂ ਜਿਹੜੇ ਹੈਗੇ ਆ ਆਮ ਆਦਮੀ ਪਾਰਟੀ ਦੇ ਉੱਪਰ ਨਿਸ਼ਾਨੇ ਸਾਧੇ ਗਏ ਸੀ ਕਿ ਜਿਹੜਾ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਉਹ ਪੰਜਾਬ ਦੇ ਵਿੱਚ ਬੇਕਾਬੂ ਹੈਗੀ ਤਾਂ ਉਹਨਾਂ ਦਾ ਜਵਾਬ ਦਿੰਦੇ ਹੋਏ ਅ ਉਹ ਸੂਬਾ ਸਰਕਾਰ ਦੇ ਉੱਪਰ ਜਿਹੜੀਆਂ ਹੈ ਥੋਪੀਆਂ ਜਾ ਰਹੀਆਂ ਨੇ ਤਾਂ ਕਿਤੇ ਨਾ ਕਿਤੇ ਜਿਹੜਾ ਹੈਗਾ ਲੋਕਾਂ ਦੇ ਨੂੰ ਵੀ ਉਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਘਰਾਂ ਦੇ ਵਿੱਚੋਂ ਆਉਣ ਤੇ ਵੱਤ ਤੋਂ ਵੱਤ ਜਿਹੜੀ ਹੈਗੀ ਆ VOTING ਉਹ ਕਰਨ ਤਾਂ ਜੋ ਜਿਹੜਾ ਹੈਗਾ ਇੱਕ ਵਧੀਆ ਜਿਹੜਾ ਹੈਗਾ ਉਹਨਾਂ ਨੂੰ ਇੱਕ MP ਮਿਲ ਸਕੇ ਜੀ